ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਿੱਖਾਂ ਤੋਂ ਬਾਅਦ ਹੁਣ ਹਿੰਦੂਆਂ ਨੂੰ ਤੋਹਫਾ ਦੇ ਦਿੱਤਾ ਹੈ। ਦੱਸਦੇ ਕਿ ਪਾਕਿਸਤਾਨ ਸਰਕਾਰ ਨੇ ਹੁਣ ਹਿੰਦੂਆਂ ਦੀ ਪਵਿੱਤਰ ਧਾਰਮਿਕ ਥਾਂ ਸ਼ਾਰਦਾ ਪੀਠ ਲਈ ਵੀ ਲਾਂਘਾ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕਾਬਲੇ ਗੌਰ ਹੈ ਕਿ ਸ਼ਾਰਦਾ ਪੀਠ ਮੰਦਰ ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ ਵਿੱਚ ਸਥਿਤ ਹੈ। ਲਾਈਨ ਆਫ ਕੰਟਰੋਲ ਤੋਂ ਇਸ ਮੰਦਰ ਦੀ ਦੂਰੀ ਸਿਰਫ 10 ਕਿਲੋਮੀਟਰ ਹੈ। ਸ਼ਾਰਦਾ ਪੀਠ ਹਿੰਦੂਆਂ ਦਾ 5000 ਸਾਲ ਪੁਰਾਣਾ ਮੰਦਰ ਹੈ। ਜ਼ਿਕਰਯੋਗ ਹੈ ਕਿ ਕਸ਼ਮੀਰ ਵਿੱਚ ਰਹਿਣ ਵਾਲੇ ਹਿੰਦੂ ਲੰਮੇ ਸਮੇਂ ਤੋਂ ਇਸ ਲਾਂਘੇ ਨੂੰ ਬਣਾਉਣ ਦੀ ਮੰਗ ਕਰ ਰਹੇ ਨੇ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ।